आपके डांस जानने की बात कर रहे थे जैसे आपने बताया कि जब वो आपने शो किया आपको पंद्रह सौ रुपये भी मिले सोशल मीडिया का कितना अहम रोल रहा क्योंकि सोशल मीडिया ने आपको हर घर में पहुंचा दिया सोशल मीडिया को वो तो एकदम ही हाइप बनी थी मेरे को कुछ नहीं पता मैंने तो स्टार्टिंग में ही जब मतलब कि घर वालों को पता लगा था मैं डांस सिखाने जाता हूँ मेरी बैंड बजी थी पूरी क्यों वायरल हो गई थी मेरी वीडियो ना वो मतलब कि घर वालों को पता नहीं था मैं डांस सिखाना जाता हूँ एंड तो आपने घर पे नहीं बताया कि डांस आप सिखाने जाते हैं इसका क्या रीजन था ना बताने का काला पैणिया सी क्यों गाला मतलब तो सी था डांस तो एक अच्छा आर्ट फॉर्म है विलेज के लोग है ना सो नहीं समझते सो बट डांस तो, तो, तो सारे तो सेलिब्रिटीज करते हैं तो ये मतलब ये तो एक आर्ट हो गया ना कि मैं डांस हूं अपने भंगड़ा है ना ਪੰਗੜਾ ਮੇਰਾ ਆਪਣਾ ਕਲਚਰਲ ਡਾਂਸ ਹੈ ਪੰਜਾਬੀ ਦਾ ਵੀ ਜਿਹੜੇ ਬੰਦੇ ਨੂੰ ਪੰਗੜਾ ਨਹੀਂ ਆਉਂਦਾ ਨਾ ਕਹਿੰਦੇ ਹਨ ਕਿ ਜੇ ਤੈਨੂੰ ਪੰਗੜਾ ਹੀ ਨਹੀਂ ਆਉਂਦਾ ਫਿਰ ਤੂੰ ਪੰਜਾਬੀ ਕਹਾਦਾ ਸਹੀ ਗੱਲ ਤੇ ਉਹ ਚੀਜ਼ ਤੋਂ ਤੁਸੀਂ ਮਤਲਬ ਤੁਹਾਡੇ ਅੰਦਰ ਇੱਕ ਕੋਈ ਕਿਸੇ ਚੀਜ਼ ਨੂੰ ਲੈ ਕੇ ਤਾਂ ਘਬਰਾਹਟ ਹੋਏਗੀ ਨਾ ਕਿ ਯਾਰ ਨਹੀਂ ਮੈਨੇ ਚੀਜ਼ ਦਾ ਡਰ ਹੈ ਪਤਾ ਕੀ ਹੁੰਦਾ ਤੁਹਾਨੂੰ ਦੱਸਣਾ ਸਭ ਦੀ ਆਪਣੀ ਆਪਣੀ ਥਿੰਕਿੰਗ ਆ ਹੁਣ ਤੁਹਾਡੀ ਥਿੰਕਿੰਗ ਕਿੰਨੀ ਵਧੀਆ ਵਾ ਤੁਸੀਂ ਕਿ ਆਟਾ ਕਲਾਵਾ ਐਦਾ ਵਾ ਹੁੰਦਾ ਵਾ ਹੁਣ ਉਹਨਾਂ ਦੀ ਥਿੰਕਿੰਗ ਦੇ ਕੰਜਰਖਾਨਾ ਮੈਂ ਇਦਾਂ ਵਾਂ ਉਦਾਂ ਵਾਂ ਹਰ ਇੱਕ ਪੋਜ਼ਿਟਿਵਿਟੀ ਦੀ ਨੈਗੇਟਿਵਿਟੀ ਹੁੰਦੀ ਆ ਨੈਗੇਟਿਵਿਟੀ ਦੀ ਪੋਜ਼ਿਟਿਵਿਟੀ ਹੁੰਦੀ ਆ ਉਹ ਤੁਹਾਡੇ ਉੱਤੇ ਆ ਤੁਸੀਂ ਕਿੱਦਾਂ ਲੈ ਕੇ ਚੱਲਣਾ ਉਹਨੂੰ ਬਿਲਕੁਲ ਤੇ ਹੁਣ ਕਿਵੇਂ ਚੱਲ ਰਿਹਾ ਹੈ ਉਹੀ ਪਿੰਡ ਦੇ ਵਿੱਚ ਜਦੋਂ ਮੰਨ ਲਾ ਕਿ ਜਿਹੜੇ ਰਿਸ਼ਤੇਦਾਰ ਸੀ ਜਿਹੜੇ ਤੁਹਾਡੇ ਆਏ ਵੀ ਜਦੋਂ ਵੀਡੀਓ ਵਾਇਰਲ ਹੋਈ ਹੈ ਨਾ ਉਸ ਤੋਂ ਬਾਅਦ ਤੁਹਾਨੂੰ ਫਿਰ ਕੁਝ ਕਹਾ ਵੀ ਹੋਣਾ ਕਿ ਬੱਲੂ ਇਹ ਕੀ ਕਰਦਾ ਪਿਆ ਤੂੰ ਮੈਨੂੰ ਉਹਨਾਂ ਨੇ ਕੁਝ ਨਹੀਂ ਜੈਸੀ ਕਿ ਮੈਂ ਆਪਣੀ ਮਦਰ ਨੂੰ ਸਮਝਾਇਆ ਦਿੱਤਾ ਸੀ ਮੈਂ ਇਹ ਕੰਮ ਕਰਨਾ ਮੈਂ ਇਦਾਂ-ਉਦਾਂ ਮਮਾ ਕਹਿੰਦੇ ਸੀ ਜੱਜ ਨੂੰ ਹੀ ਤੇ ਮਮੇ ਪੂਰਾ ਮਤਲਬ ਸਪੋਰਟਿੰਗ ਪੂਰਾ ਮਨਦਰ ਪੂਰਾ ਦਬਕਾ ਸੀਗਾ ਉਹਨਾਂ ਨੂੰ ਕੋਈ ਮਤਲਬ ਕਿ ਉਹਨਾਂ ਦੇ ਘਰ ਵਿੱਚ ਵੀ ਕੋਈ ਉਹ ਨਹੀਂ ਕਹਿ ਸਕਦਾ ਸੀਗਾ ਕਿ ਤੇਰਾ ਮੁੰਡਾ ਐਂ ਕਰਦਾ ਵਾ ਕਿਉਂਕਿ ਮੈਂ ਜੇ ਮੈਂ ਮਤਲਬ ਕਿਤੇ ਵੀ ਗਿਆ ਵਾਂ ਜੇ ਮੈਂ ਹੁਣ ਕਲੱਬ ਵੀ ਗਿਆ ਵਾਂ ਉਹਨਾਂ ਨੂੰ ਪਤਾ ਵਾ ਇਹਨਾਂ ਨਾਲ ਕੁਝ ਡਰਿੰਕ ਕਰਨਾ ਨਾ ਨਾਨਵੇਜ ਕਰਨਾ ਕੁਝ ਨਹੀਂ ਖਾਣਾ ਸਿਰ ਨਾਚਤਾ ਪਕੇ ਆ ਜਾਣਾ ਭਾਜੀ ਹੁਣ ਤੁਸੀਂ ਜਿਵੇਂ ਡਰਿੰਕ ਦੀ ਗੱਲ ਕੀਤੀ ਹੈ ਨਾ ਨਾ ਤੁਸੀਂ ਨਸ਼ਾ ਕਰਦੇ ਹੋ ਨੈਵਰ ਐਵਰ ਨਾ ਕਿ ਤੂੰ ਮਾੜਾ ਆਇਆ ਬੈਗਾ ਠੀਕ ਹੈ ਤੇ ਨਾ ਤੁਸੀਂ ਸ਼ਾਇਦ ਗਾਲਾਂ ਕੱਢਦੇ ਮਾੜਾ ਨਹੀਂ ਕਿਸੇ ਨੂੰ ਨਾ ਉਹ ਕੱਢ ਦੇਗੇ 빅 ਬੋਸ ਮੇ ਹਾਂ ਨਹੀਂ ਪਰ ਲੋਕ ਸਰ ਤੋ ਸਿੱਖ ਕੇ ਜਾਊਗਾ ਮੈਂ ਪਰ ਲੋਕ ਤੁਹਾਨੂੰ ਮਾੜਾ ਕਿਉਂ ਲੈਂਦੇ ਆ ਤਨ ਗੁਰ ਨਾਨਕ ਦੇਵ ਜੀ ਸੀਗੇ ਜੀ ਉਹਨਾਂ ਨੇ ਕੁਝ ਮਾੜਾ ਕੀਤਾ ਕਿ ਦੀ ਦੁਨੀਆ ਤੁਰ ਕੇ ਉਹਨਾਂ ਨੇ ਉਦਾਸੀਆਂ ਕੀਤੀਆਂ ਲੋਕਾਂ ਨੂੰ ਲੋਕਾਂ ਨੇ ਬੱਟੇ ਮਾਰੇ ਉਹਨਾਂ ਦੇ ਇੱਟਾਂ ਮਾਰੇ ਕੀ ਕੁਝ ਕੀਤਾ ਬਿਲਕੁਲ ਹੈਨਾ ਸੋ ਮੈਂ ਉਹਨਾਂ ਦੇ ਮਤਲਬ ਕਿ ਪੈਰ ਹੁੰਦਾ ਨਾ ਪੈਰ ਦੇ 9 9 ਦੇ ਕਣ ਦੇ ਮਿੱਟੀ ਦਾ ਨਿੱਕਾ ਜਿਹਾ ਕਣ ਹੁੰਦਾ ਨਾ ਮੈਂ ਉਹਦੇ ਬਰਾਬਰ ਵੀ ਨਹੀਂ ਮੇਰੀ ਉਨੀ ਔਕਾਤ ਵੀ ਨਹੀਂ ਹੈਗੀ ਬਿਲਕੁਲ ਕੋਕ ਵੀ ਨਹੀਂ ਹੈਗਾ ਜੀ ਤੇ ਮੈਂ ਤਾਂ ਫਿਰ ਕੁਝ ਵੀ ਨਹੀਂ ਹੈਗਾ ਨਾ ਮੈਨੂੰ ਤਾਂ ਬੋਲਣ ਗਈ ਤੇ ਕਹਿੰਦੇ ਹੁੰਦੇ ਨਾ ਵੱਡਿਆਂ ਨੂੰ ਜਿਹੜੇ ਮਤਲਬ ਕਿ ਪੈਸੇ ਜਿੰਨ ਦਾ ਪੈਸਾ ਹੁੰਦਾ ਸਭ ਕੁਝ ਹੁੰਦਾ ਜਿਹਨੋਂ ਮਤਲਬ ਕਿ ਕਹਿੰਦੇ ਹੁੰਦੇ ਨਾ سپورਟ ਹੁੰਦੀ ਆ ਜਿੱਤੋਂ ਮਤਲਬ ਕਿ ਸਭ ਕੁਝ ਹੁੰਦਾ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਜਿੱਦੀ ਕੋਈ سپورਟ ਨਹੀਂ ਕਰਦਾ ਜਿਹਦੇ ਪੇਰੈਂਟਸ ਨਾ ਹੋਣ ਜਿਹਦਾ ਮਤਲਬ ਕਿ ਕੋਈ ਖੜਨ ਵਾਲਾ ਨਾਲ ਹੋਵੇ ਉਹਨੂੰ ਸਾਰਿਆਂ ਲੱਤ ਖਿੱਚਦੇ ਆ ਸੋ ਮੇਰੇ ਨਾਲ ਕੋਈ ਵੀ ਨਹੀਂ ਹੈਗਾ ਤੇ मैं पता मेरी की मजबूरी ने मेरी की नीड्स ने मैं पता मैं आप पूरा कि करता पाया वा तो मेरे उत्ते हैं सो so, उन्होंने कहना वा चलो उन्होंने रोज़ ही चलती पी है गल वक्री है चंगे हाँ ज माड़े साढ़ा रब जा बस बोलो भाजी की फैमिली के बारे में अपने बताइए क्योंकि जिस तरीके से आपकी फैमिली का मुझे लगता है काफ़ी इम्पैक्ट रहा है आपकी लाइफ में आपकी मदर का फैमिली में कौन कौन है मेरी सिस्टर ने डैडी जी तो मदर मदर क्या नाम है उनका सिस्टर जी हरप्रीत कौर हरप्रीत ਹਰਜਿੰਦਰ ਸਿੰਘ ਪਪਾਈ ਕਰਦੇ ਨੇ ਆਂ ਖਰਾਦ ਦਾ ਕੰਮ ਕਰਦੇ ਨੇ ਉੱਥੇ ਮਾਲੀ ਨਹੀਂ ਨਹੀਂ ਉੱਥੇ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਸਹੀ ਚੱਲ ਰਿਹਾ ਕਰੇ ਵਧੀਆ ਹਾਂਜੀ ਵਧੀਆ ਚੱਲੀ ਜਾਂਦਾ ਪਹਿਲਾਂ ਨਾਲ ਉਤੇ ਜਦੋਂ ਬੱਲੂ ਰਾਮ ਗੜੀਆ ਨੂੰ ਕੋਈ ਨਹੀਂ ਜਾਣਦਾ ਸੀ ਹਣਾ ਉਦੋਂ ਘਰ ਦੇ ਹਾਲਾਤ ਕੀ ਸੀਗੇ ਤੇ ਅੱਜ ਬੱਲੂ ਰਾਮ ਗੜੀਆ ਨੂੰ ਜਾਣਦੇ ਹੋਣ ਘਰ ਦੇ ਹਾਲਾਤ ਕੀ ਨੇ ਕਿੰਨਾ ਕੁ ਫਰਕ ਆ ਗਿਆ ਮੈਂ ਮੈਂ ਬਸ ਮਤਲਬ ਕਿ ਇੱਕ ਬੰਦੇ ਨੇ ਜਿਹਨੇ ਵਾਈਬ ਮੈਚ ਕਰ ਗਈ ਨਾ ਉਹਨਾਂ ਨਾਲ ਹੀ ਰੱਖਦਾ ਵਾ ਜਿਹਦੇ ਨਾਲ ਵਾਈਬ ਨਹੀਂ ਮੈਚ ਕੀਤੀ ਮੈਂ ਜ਼ਰੂਰੀ ਵੀ ਹੈ ਨਾ ਸ਼ਾਇਦ ਮਾਨ ਮਾਨ ਜਦ ਤੱਕ ਨਹੀਂ ਮਿਲਦਾ ਉਹਨਾਂ ਚਰ ਨਹੀਂ ਹੈਗਾ ਬਚਪਨ ਦੇ ਦੋਸਤ ਬਚਪਨ ਦੇ ਦੋਸਤ ਉਹ ਸਭ ਬਾਹਰ ਨਹੀਂ ਗੱਲ ਹੁੰਦੀ ਹੈ ਹਾਂ ਕੱਦੀ ਮਤਲਬ ਕਿ ਬਹੁਤ ਰੇਅਰ ਬੈਸਟ ਫਰੈਂਡ ਕਿਹੜਾ ਸੀ ਸਕੂਲ ਚ ਬੈਸਟ ਫਰੈਂਡ ਜੋਵਨ ਜੋਵਨ ਜਾਂ ਜੋਵਨ ਕਿਵੇਂ ਹੈਗਾ ਕੰਟੈਕਟ ਵਿੱਚ ਹਾਂ ਕੰਟੈਕਟ ਵਿੱਚ ਹੈਗਾ ਅਹੀਂ ਬੜਾ ਲੜੀਦਾ ਵਾ ਜਦੋਂ ਫੋਨ ਫਨ ਆ ਜਾਂਦਾ ਇੱਕ ਜਿੰਨ ਬਲਾ ਗਾਣਾ ਕੱਢਦੇ ਏ ਤੁਸੀਂ ਐਦਾਂ ਨਹੀਂ ਉਹ ਵਾਲੀਆਂ ਨਹੀਂ ਕੁੱਤ ਕਵੀਰੇ ਤੂੰ ਕਿੱਥੇ ਸੀ ਤਰਫੋ ਨਹੀਂ ਕੀਤਾ ਐਦਾਂ ਦੋ ਮਿੱਠੀਆਂ ਮਿੱਠੀਆਂ ਗਾਲਾਂ ਗੰਦੀਆਂ ਲੁੱਚੀਆਂ ਗਾਲਾਂ ਉਹ ਡੀ ਨੇ ਉਹ ਕੱਢਦੇ ਆ ਨਹੀਂ ਨਹੀਂ ਸਤਨਾਬਾਈ ਗਰੂਪ